जलंधर शहर दे विच दूसरा पांच रोजा जलंधर आर्ट एंड लिटरेचर फेस्टिवल हो रहा है। नाल दी नाल इत्थे वड्डी गिनती दे विच आर्टिस्ट पहुंचे हुए ने, सो उन्हां नाल गलबात करदे हां। सर की नाम है जी तुहाडा? मेरा नाम महेंद्र टुकराल जी। सर ते इत्थे जिहड़ा इवेंट हो रहा है इस दे बारे थोड़ी जानकारी सांझी कर दो। पिछले साल ही इस तरह ही होया सी, पांच रोजा ते हुण वी करवा रहे हैं। इहदे विच आर्टिस्टां ने अपने अपने आण के कुछ स्कैचिज अपनी जिहड़ी कलैक्शन हैगी है उह रखी है, डिस्प्ले कीती है, ते नाल अपना जिहड़े अपना ऑन जिहड़ा हैगा स्कैचिंग वगैरह करनी उह मतलब वर्कशॉप उहनी लगाई है जी। ते होर वी स्कूलां दे कॉलेज वगैरह दे बच्चे आए ने, अपने टीचर हैगे ने, उह वी अपना कर रहे ने, पार्टिसिपेट कर रहे ने इहदे विच। ते इहदे विच जिहड़ा अपना जिहड़ा अपना अपना हर एक टैलेंट हैगा ते उह अपना अपना दिखा रहा है। कोई वर्कशॉप दे विच कोई अपना आया दा काम, मैं हुण मेरा अपना जिहड़ा कीता होया जी। बिल्कुल, असीं देख सकते हैं इत्थे एक अलग तरह का काम तुहाडे वल्लों कीता गया। सर ये की चीज़ की बनाई है जिहड़ी दर्शकां नाल जानकारी सांझी कर दो? तकरीबन पता होना है, मैं 12 साल पहला जी मैं जलियाँ बाग च उसे 25 फौजी एक जनरल डायर थी डेड बॉडी बाजू बना के लगाया सी, जिते खड़े होके जनरल डायर ने आर्डर किया ही ते गोलियां चलाईयां सी, उत्थे उत्थे फौजी बना के मैं साइज दे लाइफ साइज दे मैं उत्थे डिस्प्ले कीते आ जी। ते ये मैं कछुआ बनाया ते उहदे विच मतलब भी तकरीबन पार्कां विच भी जिहड़े बने हुंदे आ जी घोड़े वगैरह सारे मेरे हाथ दे बने आ। वाह जी वाह। ਇਹ ਮੈਨੂੰ ਤਕਰੀਬਨ 40-50 ਸਾਲ ਤੋਂ ਮੈਂ ਕੰਮ ਕਰ ਰਿਹਾ ਜੀ। ਠੀਕ ਹੈ ਜੀ। ਮਤਲਬ ਇਸ ਤੋਂ ਇਲਾਵਾ ਪੇਂਟਿੰਗ ਵਗੈਰਾ ਵੀ ਕਰ ਲੈਂਦੇ? ਪੇਂਟਿੰਗ ਵੀ ਔਰ ਮਿੱਟੀ ਦੇ ਸਕਲਪਚਰ ਵੀ ਜੀ, ਉਹ ਵੀ ਸਾਰੇ ਬਣਾਈ ਦੇ ਆ ਜੀ। ਸਕੈਚ ਵਗੈਰਾ ਬਣੇ ਆ ਵਾਟਰ ਕਲਰ ਦੇ। ਸਰ ਕਿੰਨੀ ਕੁ ਮਿਹਨਤ ਲੱਗਦੀ ਹੈ, ਕਿੰਨਾ ਕੁ ਸਮਾਂ ਲੱਗ ਜਾਂਦਾ ਇਸ ਨੂੰ ਤਿਆਰ ਕਰਨ ਨੂੰ? ਕੋਈ ਵੀ ਹੈ ਜੀ, ਜਿੰਨਾ ਅਸੀਂ ਡੀਪਲੀ ਉਸ ਵਿੱਚ ਖੁੱਭਾਂਗੇ ਤੇ ਓਨਾ ਹੀ ਜ਼ਿਆਦਾ ਮਤਲਬ ਅੱਛਾ ਚੀਜ਼ ਅੱਛੀ ਕੁਆਲਿਟੀ ਬਣਦੀ ਹੈ ਜੀ। ਤੇ ਇਸ ਕਰਕੇ ਮਤਲਬ ਇਹ ਚੀਜ਼ਾਂ ਨਹੀਂ ਆ ਅਤੇ ਇਹਦੇ ਕੰਮ ਕੋਈ ਵੀ ਹੈਗਾ, ਚਾਹੇ ਉਹ ਡਿਜ਼ਾਈਨ ਵਰਕ ਹੈ, ਚਾਹੇ ਉਹ ਸਕਲਪਚਰ ਦਾ ਕੰਮ ਹੈ, ਚਾਹੇ ਉਹ ਕਲੇ ਦਾ, ਚਾਹੇ ਉਹ ਵਾਇਰ ਦਾ ਕੰਮ ਹੈ, ਜਿੰਨਾ ਅਸੀਂ ਉਸਨੂੰ ਦਿਲੋਂ ਮਤਲਬ ਕੰਮ ਕਰਾਂਗੇ, ਜਦੋਂ ਮਤਲਬ ਆਪਣਾ ਕੰਮ ਕਰਾਂਗੇ ਤਾਂ ਉਹਨਾਂ ਸਾਡਾ ਚੀਜ਼ ਵਧੀਆ ਬਣੇਗੀ ਜੀ। ਬਿਲਕੁਲ ਸਰ। ਅਤੇ ਆਹ ਜਿਹੜਾ ਚੀਜ਼ ਤਿਆਰ ਕੀਤੀ ਗਈ ਹੈ ਇਹ ਕਿਸ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਹੈ? ਇਹ ਮਤਲਬ ਜਿਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਮਾਡਰਨ ਆਰਟ, ਇਹਦੇ ਵਿੱਚ ਜਿਸ ਤਰ੍ਹਾਂ ਕੋਈ ਲੱਕੜੀ ਦਾ ਟੁਕੜਾ ਦੇਖਿਆ ਇਹਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਜਿਸ ਤਰ੍ਹਾਂ ਆਰਟਿਸਟਿਕ ਇਹਦੇ 'ਚ ਡੰਡ ਦੇ ਵਗੈਰਾ ਦੇ ਨਾਲ ਅੱਛਾ ਲੱਗਿਆ ਅਤੇ ਮੈਂ ਇੱਕ ਡੈਕੋਰੇਟ ਪੀਸ ਤੌਰ 'ਤੇ ਬਣਾਇਆ ਉਹਦੇ ਵਿੱਚ, ਜਿਹੜਾ ਦੂਸਰਾ ਹੈਗਾ ਉਹਦੇ ਨਾਲ ਉਹਦੇ ਵਿੱਚ ਅਸੀਂ ਆਪਣਾ ਜਿਸ ਤਰ੍ਹਾਂ ਵੀ ਹੈ ਬੀਮ ਹੁੰਦੀ ਹੈ ਜੀ, ਉਹਦੇ ਵਿੱਚ ਬੀਮ ਦਾ ਆਈਡੀਆ ਸ਼ੋ ਹੁੰਦਾ ਜੀ। ਅਤੇ ਇਹ ਬਣਾਇਆ, ਇਹ ਜਰਾਬ ਬਣਾਇਆ ਹੋਇਆ ਜਿਹੜਾ ਕਟਿੰਗ ਹੋਣ ਤੋਂ ਬਾਅਦ ਜਿਹੜਾ ਘਾਹ ਲੱਗ ਜਾਂਦਾ ਅਤੇ ਉਸ ਤੋਂ ਬਾਅਦ ਆਪਣਾ ਇੰਪਰੈਸ਼ਨ ਜਿਹੜਾ ਅੱਛਾ ਬਣ ਜਾਂਦਾ ਜੀ। ਬਿਲਕੁਲ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚ ਰਹੇ ਨੇ ਜਲੰਧਰ ਆਰਟ ਐਂਡ ਲਿਟਰੇਚਰ ਫੈਸਟੀਵਲ ਦੇ ਵਿੱਚ। ਸੋ ਮੌਕੇ ਦੀਆਂ ਤਸਵੀਰਾਂ ਤੁਸੀਂ HNI ਚੈਨਲ 'ਤੇ ਦੇਖ ਸਕਦੇ ਹੋ ਅਤੇ ਬਹੁਤ ਸਾਰੇ ਰਾਈਟਰਸ ਆਰਟਿਸਟ ਇੱਥੇ ਪਹੁੰਚੇ ਹੋਏ ਨੇ ਅਤੇ ਤੁਸੀਂ ਦੇਖ ਸਕਦੇ ਹੋ ਦੇਸ ਰਾਜ ਕਾਲੀ ਜੀ ਨੇ, ਪੰਡਾਲ ਸਾਹਿਬ ਨੇ ਅਤੇ ਮੌਕੇ 'ਤੇ ਹੋਰ ਵੀ ਸ਼ਖਸੀਅਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ ਉਹਨਾਂ ਵੱਲੋਂ ਇੱਥੇ ਜਿਹੜਾ ਹੈ ਹੁਣ ਥੋੜ੍ਹੀ ਦੇਰ ਦੇ ਵਿੱਚ ਹੀ ਇਹ ਈਵੈਂਟ ਸ਼ੁਰੂ ਕਰ ਦਿੱਤਾ ਜਾਵੇਗਾ। ਸੋ ਮੌਕੇ ਜਿਹੜਾ ਹੈ ਅਲੱਗ ਅਲੱਗ ਤਰ੍ਹਾਂ ਦਾ ਆਰਟ ਵਰਕ ਜਿਹੜਾ ਹੈ ਇੱਥੇ ਸ਼ੋ ਕੀਤਾ ਗਿਆ ਹੈ। ਸੋ ਅਲੱਗ ਅਲੱਗ ਆਰਟਿਸਟ ਦੇ ਵੱਲੋਂ ਤੁਸੀਂ ਪਿਛਲੇ ਦਿਨੀ ਜਿਹੜਾ ਹੈ ਇੱਕ ਵੀਡੀਓ ਵੀ ਦੇਖੀ ਹੋਵੇਗੀ ਵਿਰਸਾ ਵਿਹਾਰ ਦੀ, ਉੱਥੇ ਵੀ ਜਿਹੜਾ ਹੈ ਇਹ ਆਰਟ ਵਰਕ ਅਲੱਗ ਤਰ੍ਹਾਂ ਦੇ ਜਿਹੜੇ ਹੈ ਉੱਥੇ ਪਿਆ ਹੁੰਦਾ ਹੈ ਨਾਲ ਦੀ ਨਾਲ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਲੰਧਰ ਆਰਟ ਐਂਡ ਲਿਟਰੇਚਰ ਫੈਸਟੀਵਲ ਦੇ ਵੱਲੋਂ ਆਰਟ ਨੂੰ ਨਾਲ ਦੀ ਨਾਲ ਜਿਹੜਾ ਹੈ ਲਿਟਰੇਚਰ ਨੂੰ ਲੈ ਕੇ ਇੱਥੇ ਹਰੇਕ ਸਾਲ ਇੱਥੇ ਈਵੈਂਟ ਹੁੰਦਾ ਹੈ। ਪਿਛਲੇ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਸਨ ਅਤੇ ਇਸ ਸਾਲ ਵੀ ਜਿਹੜਾ ਹੈ ਅਲੱਗ ਅਲੱਗ ਸ਼ਹਿਰਾਂ ਤੋਂ ਇੱਥੇ ਲੋਕ ਪਹੁੰਚੇ ਹੋਏ ਨੇ। ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕਹਿੰਦੇ ਆ ਹੋ ਗਿਆ ਹਾਂਜੀ
सो साडे नाल देसराज काली जी ने उन्हां नाल गलबात करदे आ। सर 15 to 19 तरीक तक पिछले साल भी इवेंट कराया सीगा, ते तुसी की समझदे हो कला नूं लोक हुण अग्गे नालों ज्यादा समझ रहे ने? बहुत बहुत भरपूर हंगारा मिल रहा सानूं, जलंधरीए भी बाहरों भी साडे दोस्त चंडीगढ़ों अज आए हुए ने, राइटर गुल चौहान भाजी आए हुए ने, बलीजीत जी आए हुए ने, दीप्ति बबूटा होरी आए हुए ने जी, और आर्टिस्ट साडे महेंद्र ठोकराल होरी, चन्नी तकुलिया, एच एस भट्टी होरी और अनुराध्या, ये सारे आर्टिस्ट पेंटिंग स्कल्पचरिंग कर रहे ने। इधर अज समागम शुरू होने लगा, दूसरा दिन है कि साहित चंगा जा माड़ा हुंदा है कि पैनल डिस्कशन होएगी साड़ी। ऐसे तरह कल नूं जदों औरत इतिहास लिखदी है, डॉक्टर पाल कौर और साडे इतिहासकार हिस्टोरियन ने प्रोफेसर राजकुमार हंस वो डिस्कशन करनगे। परसों नूं डेड ड्रीमलैंड फिल्म दिखावांगे असीं, और 19 तरीक नूं आखिरी दिन बी एस बल्ली कवाल पासले वाले इत्थे ओपन लॉन्च कवाली करनगे। 4 to 6 तक डेली यह प्रोग्राम हुंदा, कोई टिकट नहीं है, फ्री है, पर लोगों का हंगारा तुसी देख लिया, रौनक लगी हुई है सारी, असीं शुरू करन जा रहे हैं। थैंक यू वेरी मच। शुक्रिया सर। सो तुसी भी जेकर इत्थे आर्ट एंड लिटरेचर फैसटिवल दे विच पहुँचना चाहते हो तो आनंद लेना चाहते हो तो मौके पर तुसी जिहड़ा है इत्थे पहुँच सकते हो। सो ये तस्वीरां ने दूसरा 5 रोजा जलंधर आर्ट एंड लिटरेचर फैसटिवल दियाँ। हरेक तरह की अपडेट के लिए तुसी जुड़े रहो HNI दे नाल।